ਮੈਂ ਵੀ ਕਈ ਵਾਰੀ ਦਾਅਵਾ ਕਰਦਾ ਹੁੰਦਾ, ਬੜੇ ਪ੍ਰਚਾਰਕ ਦਾਅਵਾ ਕਰਦੇ ਜਿਹੜੇ ਤੁਹਾਡੇ ਫੇਵਰੇਟ ਹੋਣਗੇ, ਤੁਸੀਂ ਵੀ ਕਹਿੰਦੋਗੇ ਜੀ ਫਲਾਣਾ ਬੰਦਾ ਤੇ ਬੜਾ ਬੇਬਾਕ ਬੋਲਦਾ ਹੈ। ਬੋਲੋ ਜੀ ਵਾਹਿਗੁਰੂ, ਬੇਬਾਕ ਬੋਲਦਾ ਹੈ, ਖੁੱਲ ਕੇ ਬੋਲਦਾ ਹੈ। ਕਈ ਕਹਿੰਦੇ ਜੀ ਬੜਾ ਨਿਧੜਕ ਹੋ ਕੇ ਬੋਲਦਾ, ਨਿਧੜਕ ਧਿਆਨ ਦੇਣਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਵੇਕ ਸ਼ਬਦ ਤੇ ਆਇਆ, ਵਿਵੇਕ ਵਿਵੇਕ ਵਿਚਾਰ ਤੇ ਆਈ ਹੈ। ਕੋਈ ਮਹਾਂਪੁਰਖ ਨਹੀਂ ਛੱਡਣਾ ਆਪਾਂ ਨਿੰਦਿਆ ਤੋਂ ਬਿਨਾਂ, ਕੋਈ ਗੁਰੂ ਦਾ ਸਥਾਨ ਨਹੀਂ ਛੱਡਣਾ ਨਿੰਦਿਆ ਤੋਂ ਬਿਨਾਂ, ਕੋਈ ਨਿਤਨੇਮ ਕਰਨ ਵਾਲਾ ਸਿੰਘ ਨਹੀਂ ਛੱਡਣਾ, ਕੋਈ ਸਿਮਰਨ ਕਰਨ ਵਾਲਾ ਸਿੰਘ ਨਹੀਂ ਛੱਡਣਾ। 40-50 ਮਿੰਟ ਕਰਕੇ ਸਾਰਿਆਂ ਦੀ ਨਿੰਦਿਆ ਤੇ ਬਾਅਦ ਚ ਫਿਰ ਕਹਿ ਦੇਣਾ ਗੁਰੂ ਰੂਪ ਸਾਧ ਸੰਗਤ ਜੀ ਹੁਣ ਮੈਂ ਫਤਿਹ ਬੁਲਾਉਣ ਲੱਗਾ, ਸਾਰੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਲਪੇਟ ਸਾਰਿਆਂ ਨੂੰ ਦਿੱਤਾ ਵਿੱਚ ਤੇ ਬਾਅਦ ਚ ਕਹਿਤਾ ਗੁਰੂ ਰੂਪ ਸਾਧ ਸੰਗਤ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸੋਚਦੇ ਹੋਣਗੇ ਤੇ ਮਨ ਚ ਕੀ ਹੈ ਤੇ ਮੁੱਖ ਚ ਕੀ ਹੈ। ਜੋ ਇਹਦੇ ਮੁੱਖ ਚ ਹੈ ਉਹਦੇ ਮਨ ਚ ਨਹੀਂ, ਤੇ ਜੋ ਇਹਦੇ ਮਨ ਚ ਹੈ ਉਹ ਮੁੱਖ ਚ ਨਹੀਂ। ਇਸ ਕਰਕੇ ਪ੍ਰਵਾਨ ਨਹੀਂ ਰੱਦ ਕੀਤਾ ਗਿਆ, ਰੱਦ ਕਰਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਥੇ ਤੇ ਉਹੀ ਪ੍ਰਵਾਨੇ ਜਾਣਗੇ ਜਿਹੜੇ ਸਾਧ ਸੰਗਤ ਨੂੰ ਸੱਚ ਮੁੱਚ ਰੱਬ ਮੰਨ ਕੇ ਉਹਨਾਂ ਨਾਲ ਗੱਲ ਕਰਨਗੇ। ਸੱਚ ਮੁੱਚ ਰੱਬ ਮੰਨ ਕੇ ਗੱਲ ਕਰੋਗੇ,